ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਹੈ ਤੁਹਾਡਾ ਮੇਰੇ ਚੈਨਲ ਬੀ ਸਟਾਈਲਿਸ਼ 'ਤੇ। ਅਤੇ ਅੱਜ ਆਪਾਂ ਇੱਕ ਹੋਰ ਪਾਰਟੀ ਵੀਅਰ ਡਿਜ਼ਾਈਨ ਲੈ ਕੇ ਆਏ ਹਾਂ। ਇਹ ਸੋਬਰ ਲੁੱਕ ਹੈ, ਤੁਸੀਂ ਕਿਸੇ ਵੀ ਇਸ ਦੇ ਵਿੱਚ ਇਹਨੂੰ ਪਾ ਸਕਦੇ ਹੋ। ਥੋੜ੍ਹਾ ਬ੍ਰਾਈਟ ਕਲਰ 'ਤੇ ਵੀ ਬਣਾ ਸਕਦੇ ਹੋ, ਲਾਈਟ 'ਤੇ ਵੀ ਬਣਾ ਸਕਦੇ ਹੋ, ਤਾਂ ਥੋੜ੍ਹਾ ਜਿਹਾ ਇਹ ਲੇਡੀ ਲੁੱਕ ਵੀ ਕਹਿ ਸਕਦੇ ਹੋ ਡਿਜ਼ਾਈਨ ਨੂੰ। ਸੋਬਰ ਵੀ ਹੈ ਔਰ ਇਹ ਜ਼ਰੂਰੀ ਨਹੀਂ ਹੈਗਾ ਕੋਈ ਵੀ ਇਹਨੂੰ ਪਹਿਨ ਸਕਦਾ। ਸੋ ਅੱਜ ਇਹ ਜਿਹੜਾ ਬਣਿਆ ਹੋਇਆ ਇਹ ਹੈਗਾ ਸਕਿਨ ਸ਼ੇਡ 'ਤੇ ਬਣਿਆ ਹੋਇਆ ਜੀ। ਸਕਿਨ ਇਹ ਟੈਬੀ ਸਟੱਫ ਹੈਗਾ ਔਰ ਟੈਬੀ ਬੜਾ ਸਮੂਥ ਜਿਹਾ ਸਟੱਫ ਹੈ, ਕੋਈ ਮਤਲਬ ਬਹੁਤ ਵਧੀਆ ਗ੍ਰੇਸ ਆਉਂਦੀ ਹੈ ਇਹਦੀ। ਸੋ ਇਹ ਜਿਹੜਾ ਇਹਦਾ ਘੇਰਾ ਬਣਿਆ ਹੋਇਆ ਜੀ ਮੇਰੇ ਕੋਲ, ਦੇਖੋ ਤੁਸੀਂ ਘੇਰੇ ਦੇ ਵਿੱਚ ਆਰੀ ਵਰਕ ਹੈ। ਆਰੀ ਵਰਕ ਦੇ ਵਿੱਚ ਹੈ ਜਿਹੜੇ ਇਹ ਮਸ਼ੀਨ ਔਰ ਗੋਟੇ ਦਾ ਕੰਮ ਕੀਤਾ ਹੋਇਆ ਔਰ ਇਹਦੀ ਲੁੱਕ ਦੇਖੋ ਜੀ। ਔਰ ਵਿੱਚ ਹੈ ਜਿਹੜਾ ਇਹਦੇ ਆਰੀ ਦਾ ਹੀ ਫੇਰ ਵਰਕ ਹੈ, ਬਹੁਤ ਹੀ ਦੇਖੋ ਉੱਪਰ ਤੱਕ ਬੂਟੀ ਇਹਦੇ ਵਿੱਚ, ਨੀਚੇ ਘੇਰੇ 'ਤੇ ਹੈ ਔਰ ਇਹਦੇ ਵਿੱਚ ਜਿਹੜਾ ਇਹ ਕੱਟ ਵਰਕ ਵੀ ਕੀਤਾ ਹੋਇਆ, ਬਹੁਤ ਹੀ ਬਰੀਕ ਔਰ ਸਫਾਈ ਨਾਲ ਇਹਨੂੰ ਇਹਦੇ ਕੱਟ ਵਰਕ ਕੀਤਾ ਹੋਇਆ ਤੁਸੀਂ ਦੇਖ ਸਕਦੇ ਹੋ। ਵਿੱਚ ਕਸੀਮ ਇਹਦੀ ਦੋ ਕਤਰ ਕਲਰ ਦੀ ਜਿਹੜੀ ਆਰੀ ਤਿੱਲਾ ਲਾਇਆ ਹੋਇਆ, ਵਿੱਚ ਦੋ ਕਲਰ ਨਾਲ ਇਹਦੇ ਮਸ਼ੀਨ ਵਰਕ ਕੀਤਾ ਹੋਇਆ, ਫਿਰ ਇਹਦੇ ਵਿੱਚ ਦੋ ਕਲਰ ਦਾ ਗੋਟਾ ਲੱਗਿਆ ਹੋਇਆ। ਸੋ ਇਹਦੀ ਗ੍ਰੇਸ ਆ ਜਿਹੜੀ ਬਹੁਤ ਹੀ ਆਪਣੇ ਆਪ 'ਚ ਹੀ ਬਹੁਤ ਵਧੀਆ ਸੂਟ ਹੈ ਜੀ। ਔਰ ਤੁਸੀਂ ਜ਼ਰੂਰ ਦੱਸਿਆ ਕਰੋ ਮੈਨੂੰ ਵੀ ਕਿਵੇਂ ਦੇ ਲੱਗ ਰਹੇ ਆ। ਔਰ ਇਹਦੀਆਂ ਜਿਹੜੀਆਂ ਬਾਜੂ ਹੈਗੀਆਂ ਇਹ ਵੀ ਆਲਰੇਡੀ ਹੈਵੀ ਆ। ਸੋ ਇਹ ਤੁਸੀਂ ਔਡਰ ਕਰਕੇ ਪਿੱਕ ਕਰ ਸਕਦੇ ਹੋ ਜੀ, ਮੈਂ ਕੋਰੀਅਰ ਕਰਵਾ ਦਾਂਗੀ ਤੁਹਾਨੂੰ। ਸੋ ਜਿਹਨੇ ਵੀ ਇਸ ਬਾਰੇ ਔਡਰ ਕਰਨਾ ਹੋਵੇ ਮੈਨੂੰ ਸਕਰੀਨਸ਼ੋਟ ਲੈ ਕੇ ਵਟਸਐਪ 'ਤੇ ਸੈਂਡ ਕਰ ਸਕਦਾ। ਔਰ ਕੋਈ ਵੀ ਜਿਹੜਾ ਡਿਜ਼ਾਈਨ ਆ, ਕੋਈ ਵੀ ਤੁਸੀਂ ਹੋਰ ਸ਼ੇਡ 'ਤੇ ਬਣਵਾਉਣਾ ਉਹ ਵੀ ਬਣਵਾ ਸਕਦੇ ਹੋ। ਸੋ ਇਸੇ ਤਰ੍ਹਾਂ ਦੇ ਡਿਜ਼ਾਈਨਸ ਦੇਖਣ ਲਈ ਜੀ ਬਣੇ ਰਹੋ ਮੇਰੇ ਚੈਨਲ ਬੀ ਸਟਾਈਲਿਸ਼ 'ਤੇ। ਥੈਂਕ ਯੂ ਸੋ ਮਚ ਜੀ।